ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਜੀ। ਹਾਂ, ਟ੍ਰਿਪਲ ਮਰਡਰ ਦੇ ਨਾਲ ਇੱਕ ਵਾਰ ਫਿਰ ਪੰਜਾਬ ਦਹਿਲਿਆ ਹੈ ਜੀ। ਹਾਂ, ਅੰਮ੍ਰਿਤਸਰ ਦੇ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਕੰਦੋਵਾਲ ਦੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਟ੍ਰਿਪਲ ਮਰਡਰ ਕਰ ਦਿੱਤਾ ਗਿਆ। ਪੁੱਤ ਦੇ ਵੱਲੋਂ ਆਪਣੀ ਹੀ ਮਾਂ, ਭਰਜਾਈ ਤੇ 2.5 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ। ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਵੱਡੀ ਵਾਰਦਾਤ ਵਾਪਰੀ ਹੈ ਅੰਮ੍ਰਿਤਸਰ ਦੇ ਅਧੀਨ ਪੈਂਦੇ ਪਿੰਡ ਕੰਦੋਵਾਲ ਦੇ ਵਿੱਚ। ਅਜਨਾਲਾ ਦਾ ਇਹ ਪਿੰਡ ਹੈ ਕੰਦੋਵਾਲ, ਤਾਂ ਕੰਦੋਵਾਲ ਦੇ ਵਿੱਚ ਇਹ ਵੱਡੀ ਘਟਨਾ ਜਿਹੜੀ ਉਹ ਵਾਪਰੀ ਹੈ। ਟ੍ਰਿਪਲ ਮਰਡਰ ਕਰ ਦਿੱਤਾ ਗਿਆ, ਪੁੱਤ ਦੇ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕਾਰਨ ਕੀ ਰਹੇ ਨੇ? ਹਾਲਾਂਕਿ ਜਿਹੜੀ ਸਾਨੂੰ ਸੋਰਸਿਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਨਸ਼ੇ ਦਾ ਆਦੀ ਸੀਗਾ, ਚਿੱਟੇ ਦਾ ਆਦੀ ਸੀਗਾ, ਔਰ ਇਸੇ ਕਰਕੇ ਹੀ ਆਪਣੇ ਪਰਿਵਾਰ ਨੂੰ ਮਾਰ ਦਿੱਤਾ, ਆਪਣੇ ਪਰਿਵਾਰ ਦਾ ਹੀ ਕਤਲ ਕਰ ਦਿੱਤਾ ਹੈ। ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਅੰਮ੍ਰਿਤਪਾਲ ਦੋਸ਼ੀ ਦਾ ਨਾਮ ਦੱਸਿਆ ਜਾ ਰਿਹਾ, ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਯਾਨੀ ਕਿ ਆਪ ਹੀ ਸਰੈਂਡਰ ਜਿਹੜਾ ਆ ਉਹ ਕਰ ਦਿੱਤਾ ਗਿਆ ਪੁਲਿਸ ਨੂੰ। ਤਾਂ ਵੱਡੀ ਵਾਰਦਾਤ ਹੈ। ਹੁਣ ਸਨਸਨੀ ਜਿਹੜੀ ਹੈ ਉਹ ਇਲਾਕੇ ਦੇ ਵਿੱਚ ਫੈਲੀ ਹੋਈ ਹੈ, ਦਹਿਸ਼ਤ ਦਾ ਮਾਹੌਲ ਬਣਿਆ ਹੋਇਆ, ਇਲਾਕਾ ਪੂਰਾ ਜਿਹੜਾ ਆ ਉਹ ਕੰਬ ਉੱਠਿਆ ਇਸ ਵਾਰਦਾਤ ਦੇ ਨਾਲ। ਔਰ ਆਪਣੀ ਹੀ ਮਾਂ, ਭਰਜਾਈ ਤੇ 2.5 ਸਾਲਾ ਸਮਰੱਥ ਨਾਮ ਹੈ ਭਤੀਜੇ ਦਾ, ਜਿਸ ਦੀ ਉਮਰ 2.5 ਸਾਲ ਮਹਿਜ਼ ਦੱਸੀ ਗਈ ਹੈ, ਉਸਦਾ ਵੀ ਕਤਲ ਕਰ ਦਿੱਤਾ ਹੈ। ਦੋ ਭਰਾ ਸੀ, ਇੱਕ ਭਰਾ ਦੁਬਈ ਦੇ ਵਿੱਚ ਰਹਿੰਦਾ ਹੈ, ਤਾਂ ਉਸਦੀ ਘਰਵਾਲੀ ਤੇ 2.5 ਸਾਲ ਦੇ ਬੱਚੇ ਨੂੰ ਵੀ ਕਤਲ ਜਿਹੜਾ ਕਰ ਦਿੱਤਾ ਗਿਆ। ਤੇਜ਼ ਧਾਰ ਹਥਿਆਰਾਂ ਦੇ ਨਾਲ ਇਸ ਵਾਰਦਾਤ ਨੂੰ ਦੋਸ਼ੀ ਨੇ ਅੰਜਾਮ ਦਿੱਤਾ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਆਪ ਨੂੰ ਹੀ ਸਰੈਂਡਰ ਕਰ ਦਿੱਤਾ ਹੈ, ਆਪਣੇ ਆਪ ਨੂੰ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਤਾਂ ਕੁਝ ਹੀ ਸਮੇਂ ਦੇ ਵਿੱਚ ਡਾਇਰੈਕਟ ਤੁਹਾਨੂੰ ਲਾਈਵ ਤਸਵੀਰਾਂ ਕੰਦੋਵਾਲ ਪਿੰਡ ਤੋਂ ਦਿਖਾਵਾਂਗੇ। ਜਲਦੀ ਹੀ ਮੇਰੇ ਸਹਿਯੋਗੀ ਮੇਰੇ ਨਾਲ ਜੁੜਨਗੇ, ਪਰ ਇਹ ਵੱਡੀ ਵਾਰਦਾਤ ਵਾਪਰੀ ਹੈ। ਤਸਵੀਰਾਂ ਤੁਹਾਡੇ ਨਾਲ ਕੁਝ ਕਾਰਨਾਂ ਕਰਕੇ ਅਸੀਂ ਉਹ ਖੂਨ ਦੇ ਨਾਲ ਲਥਪਥ ਹੋਈਆਂ ਤਸਵੀਰਾਂ ਨਹੀਂ ਸਾਂਝੀਆਂ ਕਰ ਸਕਦੇ, ਜਿੱਥੇ ਮਾਂ ਦਾ ਕਤਲ ਕੀਤਾ ਹੈ, ਤੇਜ਼ ਧਾਰ ਹਥਿਆਰਾਂ ਦੇ ਨਾਲ ਭਰਜਾਈ ਦਾ ਕਤਲ ਕੀਤਾ ਹੈ, ਖੂਨ ਦੇ ਨਾਲ ਭਿੱਜੀਆਂ ਹੋਈਆਂ ਲਾਸ਼ਾਂ ਨੇ, 2.5 ਸਾਲਾ ਸਮਰੱਥ ਬੱਚੇ ਦਾ ਵੀ ਕਤਲ ਕਰ ਦਿੱਤਾ ਹੈ, ਉਹ ਜਿਹੜੇ ਪਲ ਨੇ ਉਹ ਜਿਹੜੀਆਂ ਤਸਵੀਰਾਂ ਨੇ ਉਹ ਦੇਖੀਆਂ ਨਹੀਂ ਜਾ ਸਕਦੀਆਂ। ਕੁਝ ਹੀ ਸਮੇਂ ਦੇ ਵਿੱਚ ਲਾਈਵ ਜਿਹੜਾ ਤੁਹਾਨੂੰ ਘਰ ਦਾ ਮਾਹੌਲ ਦਿਖਾਵਾਂਗੇ। ਪੂਰਾ ਪਿੰਡ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਚੱਪੇ ਚੱਪੇ ਤੇ ਪੁਲਿਸ ਹੈ। ਹਾਲਾਂਕਿ ਜਿਹੜਾ ਮੁਲਜ਼ਮ ਹੈ, ਜਿਹੜਾ ਦੋਸ਼ੀ ਹੈ, ਉਸਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਸਰੈਂਡਰ ਕਰ ਦਿੱਤਾ ਹੈ, ਪਰ ਅਜੇ ਵੀ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ, ਸਨਸਨੀ ਫੈਲੀ ਹੋਈ ਹੈ। ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤਾਂ ਰਿਸ਼ਤੇ ਤਾਰ ਤਾਰ ਹੋ ਚੁੱਕੇ ਨੇ। ਅੱਜ ਕੱਲ੍ਹ ਵਿਸ਼ਵਾਸ ਕਿਸ ਤੇ ਕੀਤਾ ਜਾਵੇ? ਢਿੱਡ ਦੇ ਜੰਮੇ ਨੇ ਹੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਖੁਦ ਜਿਹੜਾ ਢਿੱਡ ਦਾ ਜਾਇਆ ਸੀ, ਢਿੱਡ ਦਾ ਜੰਮਿਆ ਸੀ, ਉਹਨੇ ਹੀ ਆਪਣੀ ਮਾਂ ਨੂੰ ਜਿਹੜਾ ਕਤਲ ਕਰ ਦਿੱਤਾ ਹੈ। ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਹੈ, ਤੇ ਆਪਣੀ ਭਰਜਾਈ ਤੇ 2.5 ਸਾਲਾ ਭਤੀਜੇ ਸਮਰੱਥ ਦਾ ਵੀ ਕਤਲ ਕਰ ਦਿੱਤਾ ਹੈ। ਤਾਂ ਸੋਚ ਸਕਦੇ ਹੋ ਕਿ ਕਿੰਨਾ ਉਹ ਜ਼ਾਲਮ ਹੋਣਾ ਜਿਹਦੇ ਹੱਥ ਨਹੀਂ ਕੰਬੇ, ਆਪਣੀ ਮਾਂ ਨੂੰ ਮਾਰਨ ਲੱਗਿਆ, ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰਨ ਲੱਗਿਆ, ਔਰ 2.5 ਸਾਲਾ ਸਮਰੱਥ ਜਿਹੜਾ ਭਤੀਜਾ ਹੈ ਉਸਨੂੰ ਦੁਨੀਆਦਾਰੀ ਦਾ ਵੀ ਅਜੇ ਨਹੀਂ ਪਤਾ ਹੋਣਾ, ਜਿਸਦਾ ਕਤਲ ਕਰ ਦਿੱਤਾ ਗਿਆ, ਔਰ ਇੱਕ ਭਰਾ ਜਿਹੜਾ ਆ ਜਿਸਦਾ 2.5 ਸਾਲ ਦਾ ਬੱਚਾ ਤੇ ਜਿਸਦੀ ਘਰਵਾਲੀ ਦਾ ਕਤਲ ਕੀਤਾ ਉਹ
ਜਿਹੜਾ ਹੈ ਦੁਬਈ ਦੇ ਵਿੱਚ ਰਹਿੰਦਾ ਹੈ ਤਾਂ ਉਸਦੇ ਪਿੱਛੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਦੇ 3 ਜੀਆਂ ਦਾ ਕਤਲ ਕਰ ਦਿੱਤਾ ਹੈ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਟ੍ਰਿਪਲ ਮਰਡਰ ਦੇ ਨਾਲ ਇੱਕ ਵਾਰੀ ਅੰਮ੍ਰਿਤਸਰ ਫਿਰ ਦਹਿਲਿਆ ਹੈ। ਕੰਧੋਵਾਲ ਪਿੰਡ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ। ਅਜਨਾਲਾ ਦੇ ਅਧੀਨ ਪੈਂਦਾ ਹੈ ਪਿੰਡ, ਜਿੱਥੇ ਟ੍ਰਿਪਲ ਮਰਡਰ ਕੀਤਾ ਗਿਆ। ਆਪਣੇ ਹੀ ਪੁੱਤ ਦੇ ਵੱਲੋਂ ਮਾਂ ਦਾ ਕਤਲ ਕਰ ਦਿੱਤਾ ਗਿਆ। ਔਰ ਜਿਹੜੀ ਸਾਨੂੰ ਜਾਣਕਾਰੀ ਮਿਲ ਪਾ ਰਹੀ ਹੈ ਸੋਰਸਸ ਤੋਂ ਕਿ ਇਹ ਚਿੱਟੇ ਦਾ ਆਦੀ ਸੀਗਾ, ਨਸ਼ੇ ਦਾ ਆਦੀ ਸੀਗਾ, ਸੋ ਇਸ ਕਰਕੇ ਇਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਘਰ ਤੋਂ ਐਕਸਕਲੂਸਿਵ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਾਂ ਇਸ ਜ਼ਾਲਮ ਪੁੱਤ ਨੇ ਆਪਣੀ ਮਾਂ, ਭਰਜਾਈ ਤੇ 2.5 ਸਾਲਾ ਭਤੀਜੇ ਸਮਰੱਥ ਦਾ ਬੇਰਹਿਮੀ ਦੇ ਨਾਲ ਤੇਜ਼ ਤਾਰ ਹਥਿਆਰਾਂ